Ward number 2 in Abohar has turned into a live slum, which is full of dirty drain water and waste dumps which have not been looked after by the concerned authorities. The residents are troubled due to mud and stink of these dumps, which invite several dangerous diseases to the mankind. Residents have told the media that no councillor or government official have paid to any heed after complaining to them several times. Number ward, Babe Jeevan Singh da Gurdwara. ਇੱਥੇ ਸੀਵਰ ਪੈਣ ਲੱਗਾ ਸੀ, 4 ਇੰਚੀ ਪੈਪ ਹੈ ਜੀ। ਗਲੀ ਬਣਾਉਣ ਲੱਗੇ, ਐਮ ਸੀ ਓਰ ਆਣ ਕੇ ਰੋਕੀ, ਉਹਨਾਂ ਧੱਕੇ ਨਾਲ ਗਲੀ ਬਣਾਈ ਹੈ ਸਾਡੀ, ਧੱਕੇ ਨਾਲ ਸੀਵਰ ਨਹੀਂ ਪੈਣ ਦਿੱਤਾ। 5-10 ਜਣਿਆਂ ਰਲ ਕੇ ਵੀ ਗਲੀ ਬਣਾਤੀ, ਇੰਨਾ ਕੁ ਇੱਥੇ ਗੰਦ ਮੱਚਦਾ ਹੈ ਵੀ ਅਸੀਂ ਇੰਨੇ ਕੁ ਪਰੇਸ਼ਾਨ ਹਾਂ, ਬਹੁਤ ਹੀ ਜ਼ਿਆਦਾ। ਅਤੇ ਐਮ ਸੀ ਦੀ ਤਾਂ ਸੁਣਾਈ ਹੈ ਨਹੀਂ ਕੋਈ, ਉੱਥੇ ਕੋਈ ਪੁੱਛਦਾ ਹੀ ਨਹੀਂ ਵੀ ਕਿੱਥੋਂ ਆਇਆ ਤੂੰ। 3 ਬੰਦਿਆਂ 'ਤੇ ਨਜਾਇਜ਼ ਪਰਚੇ ਹੋ ਗਏ ਸਿਰਫ ਇਹ ਗਲੀ ਕਰਕੇ, ਗਲੀ ਰੋਕੀ ਕਿਸੇ ਨੇ, ਪਰਚੇ ਹੋ ਗਏ ਕਿਸੇ 'ਤੇ। ਬਹੁਤ ਆ ਰਹੀ, ਤੁਸੀਂ ਆਪ ਹੀ ਵੇਖਦੇ ਪਏ ਜੇ, ਦੇਖੋ ਉਧਰ ਸਾਰਾ ਗੰਦ। ਨਾ ਤਾਂ ਐਮ ਸੀ ਦੀ ਸੁਣਾਈ ਹੁੰਦੀ ਹੈ, ਐਮ ਸੀ ਕਹਿੰਦਾ ਉਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ। ਬਹੁਤ ਜਾ ਜਾ ਕੇ ਅਸੀਂ ਦੇਖ ਲਿਆ ਥਾਂ 'ਤੇ, ਬਲਵੰਤ ਸਿੰਘ ਬਹੁਤ ਸੁਣੀ ਜੀ, ਆਉਂਦੇ ਨੇ ਤਾਂ ਵਿਚਾਰੇ ਆਉਂਦੇ ਨੇ, ਜਦੋਂ ਫੋਨ ਕਰੀ ਤਾਂ ਉਸੇ ਵੇਲੇ ਹੀ ਆਉਂਦੇ ਨੇ, ਇਹਨਾਂ ਦੀ ਕੋਈ ਸੁਣਾਈ ਨਹੀਂ ਕਰਦਾ ਨਾ। ਚੁਣਾਂਗੇ ਵੀਰੇ, ਜਿਹੜੇ ਸਾਨੂੰ ਕੋਈ ਸਾਡੀ ਸਮੱਸਿਆ ਹੱਲ ਕਰੇਗਾ ਅਸੀਂ ਤਾਂ ਉਹਨੂੰ ਚੁਣਾਂਗੇ ਜੋ ਸਾਡੀ ਸੁਣਾਈ ਕਰੇਗਾ। ਵਾਰਡ ਨੰਬਰ 2 ਗੁਰਦੁਆਰੇ ਜਾਵੀਦਾ, ਅਤੇ ਇਸ ਤਰ੍ਹਾਂ ਪਜਾਮੇ ਉੱਤੇ ਕਰਕੇ ਮੱਥਾ ਟੇਕਣ ਜਾਵੀਦਾ, ਇਹ ਪਾਣੀ ਦੇ ਜੀ ਉਹਦੀ ਸੁਣਾਈ ਨਹੀਂ ਹੁੰਦੀ ਵਿਚਾਰੇ ਦੀ, ਉਹ ਕੀ ਕਰੇ। ਉਹ ਜਾਂਦਾ 20 ਵਾਰੀ ਗਏ, 20 ਵਾਰੀ ਕੋਈ ਸੁਣਾਈ, ਅਗਲੇ ਪਰਚੇ ਕਰਾਉਂਦੇ ਨੇ। ਐਮ ਸੀ ਵਾਰਡ ਨੰਬਰ 2 ਸ਼੍ਰੋਮਣੀ ਅਕਾਲੀ ਦਲ ਤੋਂ, ਇਹਦੇ 'ਚ ਕਹਿਣਾ ਹੈਗਾ ਜਿਹੜਾ ਜੋ ਗਲੀਆਂ ਮੇਨ ਗਲੀ ਜੋ ਯੂਨੀਵਰਸਿਟੀ ਗਲੀ ਨੰਬਰ 5 ਸਾਰੇ ਦੀ ਗਲੀ, ਮੇਰੀ ਇਕੱਲੇ ਦੀ ਗਲੀ ਨਹੀਂ ਹੈ, ਸਾਰੇ ਸਾਂਝੀ ਗਲੀ ਹੈ। ਜੋ ਗਲੀ ਅੱਗੇ ਨਹੀਂ ਬਣੀ ਉਹਦੇ ਵਿੱਚ ਮੈਨੂੰ ਵੀ ਚਿੱਕੜ 'ਚ ਲੰਘਣਾ ਪੈਂਦਾ, ਜੋ ਕਿ ਉਹ ਅੰਮ੍ਰਿਤ ਯੋਜਨਾ 'ਚ ਪਾਸ ਹੈਗੀ ਹੈ, ਸੀਵਰ ਪੈਣ ਵਾਲਾ ਹੈਗਾ, ਸੀਵਰ ਪੈ ਕੇ ਫਿਰ ਉਹ ਸੜਕ ਫਿਰ ਬਣੇਗੀ। ਜਿਵੇਂ ਮੇਰੀ ਪੀ ਸੀ ਐਮ ਸੀ ਸੀ ਗੁਰਮੀਤਪੁਰ, ਉਸ ਟਾਈਮ ਤਕਰੀਬਨ 60% ਕੰਮ ਹੋਏ ਸੀਗੇ, ਜਿਹਨਾਂ 'ਚ ਬਾਬਾ ਦੀਪ ਸਿੰਘ ਨਗਰ ਸੀਗਾ ਏਰੀਆ, ਗੁਰੂ ਕਿਰਪਾ ਸੀਗਾ, ਗੁਰੂ ਕਿਰਪਾ ਸਾਰੀ ਗਲੀਆਂ ਬਣਾਈਆਂ ਸੀਗੀਆਂ, ਬਾਬਾ ਦੀਪ ਸਿੰਘ ਨੇ 2 ਗਲੀਆਂ ਬਣਾਈਆਂ ਸੀ, ਜੰਮੂ ਵਸਤੀ ਤਕਰੀਬਨ 70% ਦੀ ਗਲੀ ਬਣੀਆਂ ਸੀ ਜੰਮੂ ਵਸਤੀ ਦੀਆਂ, ਅਤੇ ਨਿਊ ਤਰਨ ਦੀ ਗਲੀ ਗਲੀਆਂ ਬਣੀਆਂ ਬਣਾਈਆਂ ਸੀ ਸਾਰੀਆਂ, ਅਤੇ ਜੋ ਮੇਨ ਗਲੀ ਰਹਿ ਗਈ ਸੀ ਉਹ ਇਹ ਹੁਣ ਬਣ ਜਾਣੀ ਹੈ, ਬਾਕੀ ਰਹਿ ਗਈ ਅਮਨ ਦੀ ਯੋਜਨਾ 'ਚ ਪਾਸ ਹੋਈ ਹੈ ਸੀਵਰ ਪੈ ਕੇ ਫਿਰ ਦੁਬਾਰਾ। ਰਿਪੋਰਟ ਬਾਈ ਇੰਦਰਜੀਤ ਸਿੰਘ ਵਿਦ ਸੁਰਿੰਦਰ ਫਰੋਮ ਫਾਜ਼ਿਲਕਾ ਫਾਰ ਬ੍ਰਾਈਟ ਪੰਜਾਬ ਐਕਸਪ੍ਰੈਸ।